ਬਣਾਉਣ ਲੱਗੇ ਸੀ ਖੋਆ। ਕਿੰਨਾ ਦੁੱਧ ਪਾਇਆ ਮੀਂਹ ਦੇ ਵਿੱਚ? 3 ਕਿਲੋ। 3 ਲੀਟਰ ਦੁੱਧ ਪਾਇਆ ਦੇ ਵਿੱਚ। ਤੁਸੀਂ ਕੋਈ ਵੀ ਦੁੱਧ ਲੈ ਸਕਦੇ ਹੋ, ਅਸੀਂ ਲੈ ਕੇ ਆਉਂਦਾ ਅਸੀਂ ਕੋਲਸ ਚੋਂ। ਕੋਲਸ ਦਾ ਦੁੱਧ ਆ 3 ਕਿਲੋ ਇੱਦਾਂ ਦਾ, ਜਿਹੜਾ ਵੀ ਹੁੰਦਾ ਫੁੱਲ ਕਰੀਮ। ਅਤੇ ਆਹ ਨਿਕਲਿਆ ਕਿੰਨਾ ਖੋਆ ਇਹ? ਇਹ 2 ਪੀਪੀਆਂ ਦੇ ਵਿੱਚੋਂ ਨਿਕਲਿਆ 1.5 ਕਿਲੋ। ਜਾਣੀ ਕਿ 6 ਲੀਟਰ ਦੁੱਧ ਦੇ ਵਿੱਚੋਂ 1.5 ਕਿਲੋ ਖੋਆ ਬਣ ਚੁੱਕਿਆ ਘਰ ਦਾ। ਅਤੇ ਕਿੰਨਾ ਟਾਈਮ ਲੱਗਦਾ ਇੱਕ ਨੂੰ, ਇਹਨੂੰ ਇੰਨੇ ਕਿਲੋ? 3 ਲੀਟਰ ਨੂੰ ਇਹ ਛੋਟੀ ਕੜਾਹੀ ਕਰਕੇ 1.5 ਘੰਟਾ। ਸੋ 1.5 ਘੰਟੇ ਨਾਲ ਇੰਨੀ ਮਿਹਨਤ ਲੱਗਦੀ ਹੈ ਜੀ। ਹੁਣ ਜਦੋਂ ਅਸੀਂ ਖੋਆ ਰਲਾਵਾਂਗੇ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗੇ। ਹੁਣ ਮਾੜਾ ਜਿਹਾ ਟੇਸਟ ਕਰਕੇ ਦੇਖੀਏ ਕਿੱਦਾਂ ਆਉਂਦਾ। ਤੁਹਾਨੂੰ ਮੈਂ ਦੱਸਦਾ ਟੇਸਟ ਕਰਕੇ। ਆਹ ਲਓ ਕਿੱਥੇ ਓਏ 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 ਕਿਆ ਬਾਤ ਹੈ। ਜਦੋਂ ਨਹੀਂ ਪਿੰਨੀਆਂ ਬਣਾਵਾਂਗੇ ਇਹਦੀਆਂ, ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੇ ਹਾਂ। ਜਦ ਤੱਕ ਲੈਂਦੇ ਹਾਂ ਬ੍ਰੇਕ। ਬ੍ਰੇਕ ਤੋਂ ਬਾਅਦ ਪਿੰਨੀਆਂ, ਉਹ ਵੀ ਕਿਹਦੀਆਂ? ਖੋਏ ਦੀਆਂ। ਆਹਾਂ ਆਹਾਂ ਆਟਾ ਤੇ ਘਿਓ ਭੁੰਨਦੀਆਂ ਨੂੰ। ਕਿੰਨਾ ਆਟਾ ਕਿੰਨਾ ਘਿਓ? ਮੈਂ ਪਾਇਆ ਇਹਦੇ ਵਿੱਚ ਵੀਰ 1 ਕਿਲੋ ਘਿਓ 1 ਕਿਲੋ ਆਟਾ। ਮੈਨੂੰ ਵੀ ਬਰਾਬਰ ਦਾ ਹੀ ਪਾਓ। ਜੇ ਖੋਏ ਦੀਆਂ ਪਿੰਨੀਆਂ ਪੁਰਲੀਆਂ ਰੱਖਣੀਆਂ ਨੇ, ਜੇ ਕੈੜੀਆਂ ਰੱਖਣੀਆਂ ਨੇ ਵੀ ਜਿਹੜੀਆਂ ਦੰਦਾਂ ਨਾਲ ਚੱਬ ਨਾ ਹੋਣ, ਉਹ 'ਚ ਤਾਂ ਆਟਾ ਜਿੰਨਾ ਮਰਜ਼ੀ ਪਾ ਲਓ, ਘਿਓ ਅਤੇ ਆਟਾ ਇੱਕੋ ਜਿਹਾ ਪਾਉਣਾ ਚਾਹੀਦਾ। ਅਤੇ ਖੋਆ ਕਿੰਨਾ ਪਊਗਾ ਇਹਦੇ ਵਿੱਚ? ਖੋਆ ਪਊਗਾ 3 ਕਿਲੋ। ਦੇਖ ਲਓ ਹੁਣ 3 ਕਿਲੋ ਖੋਏ ਦੇ ਵਿੱਚ 1 ਕਿਲੋ ਆਟਾ ਅਤੇ 1 ਕਿਲੋ ਖੰਡ ਖੰਡ ਅਤੇ 1 ਕਿਲੋ ਦੇਸੀ ਘਿਓ। ਕਿੰਨਾ ਦੇਰ ਭੁੰਨਣਾ ਇਹ? ਬਸ ਹੁਣ ਜਿੰਨਾ ਚਿਰ ਰਹਿਣ ਘਿਓ ਜਮਾਂ ਹੀ ਪਾਣੀ ਛੱਡਦਾ ਨਹੀਂ ਆਟਾ ਲਾਲ ਕਰਨਾ। ਜਿਵੇਂ ਆਪਾਂ ਜਦੋਂ ਲਾਲ ਹੋ ਜੂ ਸਮੈਲ ਆਉਣ ਲੱਗ ਜੀ ਕੜਾਹ ਬਣਾਉਂਦੇ ਹਾਂ। ਹੁਣ ਤੁਸੀਂ ਜਿੱਥੇ ਵੀ ਖੋਏ ਦੀਆਂ ਪਿੰਨੀਆਂ ਖਾਂਦੇ ਹੋ, ਕਈ ਵਾਰ ਤੁਹਾਨੂੰ ਖੋਏ ਦੀਆਂ ਪਿੰਨੀਆਂ ਖਾਣ ਨੂੰ ਮਿਲਦੀਆਂ ਨੇ, ਇਹ ਤੁਹਾਨੂੰ ਮੈਂ ਦੱਸਦਾ ਜਾਂ ਬਾਜ਼ਾਰੋਂ ਲੈਂਦੇ ਹੋ, ਜਿਹੜੀਆਂ ਖੋਏ ਦੀਆਂ ਪਿੰਨੀਆਂ ਕੈੜੀਆਂ ਹੁੰਦੀਆਂ ਨਾ, ਇਹਦਾ ਮਤਲਬ ਉਹ 'ਚ ਖੋਇਆ ਘੱਟ ਹੁੰਦਾ ਵਾ ਅਤੇ ਘਿਓ ਘੱਟ ਹੁੰਦਾ, ਖੋਇਆ ਵੀ ਘੱਟ ਹੀ ਹੁੰਦਾ ਅਤੇ ਆਟਾ ਉੱਟਾ ਵੱਧ ਪਾਇਆ ਹੁੰਦਾ। ਇਸ ਕਰਕੇ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ। ਜਦੋਂ ਹੁਣ ਪਿੰਨੀਆਂ ਬਣਾਵਾਂਗੇ ਅਸੀਂ ਤੁਹਾਨੂੰ ਦੱਸਾਂਗੇ ਵੀ ਕੀ ਪ੍ਰੋਸੈਸ ਅੱਗੇ, ਅਗਲਾ ਪ੍ਰੋਸੈਸ ਕੀ ਹੈ ਇਹਦੇ ਵਿੱਚ। ਤੁਸੀਂ ਜੇ ਕੋਈ ਬਦਾਮ ਪਾਉਣੇ ਹੋਣ ਤਾਂ ਉਹ ਵੀ ਮਿਕਸ ਕਰ ਸਕਦੇ, ਪਾਊਡਰ ਬਣਾ ਕੇ ਪਾ ਸਕਦੇ ਹੋ। ਠੀਕ ਹੈ ਜੀ, ਆਹ ਬਣ ਰਹੀਆਂ ਨੇ ਹੁਣ ਪਿੰਨੀਆਂ ਖੋਏ ਦੀਆਂ। ਕਿੰਨੇ ਖੋਏ ਦੀਆਂ ਬਣੀਆਂ ਪਿੰਨੀਆਂ ਇਹ? 3 ਕਿਲੋ ਖੋਆ 3 ਕਿਲੋ ਖੋਆ 1 ਕਿਲੋ ਆਟਾ 1 ਕਿਲੋ ਚੀਨੀ 1 ਕਿਲੋ ਘਿਓ ਅਤੇ ਕਿੰਨਾ ਦੁੱਧ ਲੱਗਿਆ ਟੋਟਲ? 9 ਕਿਲੋ ਦੁੱਧ 12 ਕਿਲੋ 12 ਕਿਲੋ ਦੁੱਧ 'ਚ ਕਿੰਨਾ ਖੋਆ ਨਿਕਲਿਆ? 3 ਕਿਲੋ 12 ਕਿਲੋ ਦੁੱਧ ਦੇ ਵਿੱਚ 3 ਕਿਲੋ ਖੋਆ ਨਿਕਲਿਆ, ਜਿਹਦੇ ਵਿੱਚ ਖੰਡ ਕਿੰਨੀ ਪਈ ਹੈ? 1 ਕਿਲੋ ਖੰਡ ਪਈ ਹੈ, 1 ਕਿਲੋ ਦੇਸੀ ਘਿਓ ਪਿਆ, 1 ਕਿਲੋ ਆਟਾ ਪਿਆ। ਅਤੇ ਹੁਣ ਤੁਸੀਂ ਲਾ ਲਓ 3 ਕਿਲੋ ਖੋਇਆ ਅਤੇ 3 ਕਿਲੋ 6 ਕਿਲੋ ਬਣ ਗਿਆ ਜੀ। ਦੇਖੋ ਘਿਓ ਹੱਥਾਂ 'ਚ ਆਉਂਦਾ। ਠੀਕ ਹੈ ਜੀ, ਤੁਸੀਂ ਖਾਓ ਪਿੰਨੀਆਂ ਅਤੇ ਹੋ ਜਾਓ ਤਕੜੇ ਤਕੜੇ ਹੋ ਕੇ ਤਕੜੇ ਟੈਂਟਣਿੰਗ।